ਅੰਮ੍ਰਿਤਸਰ ਦਾ ਗੁਰੂ ਰਾਮਦਾਸ ਹਸਪਤਾਲ ਇੱਕ ਵਾਰ ਫਿਰ ਤੋਂ ਵਿਵਾਦਾਂ ਵਿੱਚ ਆ ਰਿਹਾ ਹੈ। ਦੱਸ ਦਈਏ ਕਿ ਰਾਸ਼ਟਰੀ ਜਨਸ਼ਕਤੀ ਪਾਰਟੀ ਦੇ ਪ੍ਰਧਾਨ ਦੇ ਵੱਲੋਂ ਮਕਤੂਲ ਸਿੰਘ ਟਰਾਂਸਪੋਰਟ ਸੈੱਲ ਦੇ ਪ੍ਰਧਾਨ ਦੀ ਇੱਥੇ ਡਿਊਟੀ ਲਾਈ ਗਈ ਸੀ। ਉਨ੍ਹਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਜਦ ਲੋਕਾਂ ਦੇ ਨਾਲ ਗੱਲ ਕਰਨੀ ਚਾਹੀ ਤਾਂ ਹਸਪਤਾਲ ਦੇ ਕਰਮਚਾਰੀਆਂ ਦੇ ਵੱਲੋਂ ਉਨ੍ਹਾਂ ਦੇ ਨਾਲ ਹੱਥੋਂ ਪਾਈ ਕੀਤੀ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਇੱਥੋਂ ਦੀ ਆਪਣੀ ਜਾਨ ਬਚਾ ਕੇ ਭੱਜੇ ਤਾਂ ਕਰਮਚਾਰੀਆਂ ਨੇ ਉਨ੍ਹਾਂ ਨੂੰ ਫੜ ਪੁਲਿਸ ਸਟੇਸ਼ਨ ਦੇ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਹੁਣ ਪੁਲਿਸ ਵੱਲੋਂ ਉਨ੍ਹਾਂ ਨੂੰ ਇਨਸਾਫ਼ ਨਾ ਦਿੱਤਾ ਗਿਆ ਤਾਂ ਉਹ ਪੁਲਿਸ ਚੌਂਕੀ ਦਾ ਘਰਾ ਕਰਨਗੇ। ਦੱਸ ਦੇ ਕਿ ਟਰਾਂਸਪੋਰਟ ਸੈੱਲ ਪ੍ਰਧਾਨ ਮਕਤੂਲ ਸਿੰਘ ਦੇ ਵੱਲੋਂ ਲੋਕ ਭਲਾਈ ਦਾ ਕੰਮ ਕੀਤਾ ਜਾਂਦਾ ਜਿਸ ਦੇ ਤਹਿਤ ਹੀ ਉਹ ਹਸਪਤਾਲ ਦੇ ਵਿੱਚ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਸਨ। ਵੀਰ ਜੀ, ਕੱਲ ਮੈਂ ਬੱਲਾ ਹੋਸਪਿਟਲ ਗੁਰੂ ਰਾਮਦਾਸ ਹੋਠੀਆਂ ਗਏ ਸਾਂ ਜੀ, ਜੋ ਇੱਕ ਬਹੁਤ ਹੀ ਦਲਿਤ ਗਰੀਬ ਪਰਿਵਾਰ ਜਿਹਦੇ ਨਾਲ ਉੱਥੇ ਮੈਂ ਪਤਾ ਲੈਣ ਵਾਸਤੇ ਗਿਆ ਅਤੇ ਜੋ ਆਮ ਪਰਿਵਾਰਾਂ ਨੇ ਆਪਣਾ ਦੁੱਖ ਮੈਨੂੰ ਦੱਸਿਆ ਜੀ, ਉਹਦੇ ਵਿੱਚ ਜਦੋਂ ਮੈਂ ਉਹਨਾਂ ਦਾ ਦੁੱਖ ਜਾਣਨਾ ਚਾਹਿਆ ਅਤੇ ਜੋ ਦਵਾਈਆਂ ਬਾਹਰੋਂ ਅੱਧੇ ਰੇਟ 'ਤੇ ਮਿਲਦੀਆਂ ਵਾ, ਅੰਦਰ ਡਬਲ ਰੇਟ ਲੱਗ ਰਿਹਾ ਜੀ ਹਰ ਇੱਕ ਦਵਾਈ ਦਾ, ਲੇਕਿਨ ਇੱਕ ਤਾਂ ਨਹੀਂ ਹਰ ਇੱਕ ਦਵਾਈ ਦਾ ਡਬਲ ਰੇਟ ਲੱਗ ਰਿਹਾ ਵਾ। ਉਹਨਾਂ ਦਾ ਜਦੋਂ ਪੱਖ ਸੁਣ ਕੇ ਮੈਂ ਵੀਡੀਓ ਬਣਾਈ ਅਤੇ ਉਹ ਤੋਂ ਬਾਅਦ ਸਕਿਉਰਿਟੀ ਇੰਚਾਰਜ ਜਿਹੜੇ ਆ ਉਹਨਾਂ ਨੇ ਇਤਰਾਜ਼ ਕੀਤਾ, ਉਹ ਡਾਕਟਰ ਸਾਹਿਬ ਨੇ ਇਤਰਾਜ਼ ਕੀਤਾ ਕਿ ਨਹੀਂ ਤੁਸੀਂ ਵੀਡੀਓ ਨਹੀਂ ਬਣਾ ਸਕਦੇ, ਅਤੇ ਮੈਂ ਉਹਨਾਂ ਨੂੰ ਸਵਾਲ ਕੀਤਾ ਕਿ ਕਿਉਂ ਨਹੀਂ ਬਣਾ ਸਕਦੇ, ਕਈ ਸਿੱਖ ਦੇ ਪੁੱਤਰ ਆ, ਇਹ ਕੋਈ ਬਿਲਡਿੰਗ ਤੁਹਾਡੇ ਬਾਪ ਦੀ ਨਹੀਂ ਕਿ ਕਿਉਂ ਨਹੀਂ ਅਸੀਂ ਬਣਾ ਸਕਦੇ, ਜੇ ਤੁਸੀਂ ਚੰਗਾ ਕੰਮ ਕਰਦੇ ਤੇ ਅਤੇ ਉਹਦਾ ਵੀ ਮੈਸੇਜ ਅਸੀਂ ਲੋਕਾਂ ਨੂੰ ਦੇਵਾਂਗੇ, ਪਾਰਟੀ ਦੇ ਅਸੀਂ ਤੌਰ 'ਤੇ ਕੰਮ ਕਰ ਰਹੇ ਹਾਂ ਅਤੇ ਸਾਡਾ ਫਰਜ਼ ਬਣਦਾ। ਜੇ ਤੁਸੀਂ ਲੋਕਾਂ ਨਾਲ ਚੋਰ ਬਜ਼ਾਰੀ ਕਰ ਰਹੇ ਤੇ ਅਤੇ ਧੰਦੇ ਨੂੰ ਉਦੋਂ ਵੀ ਜ਼ਿਆਦਾ ਨਸ਼ਰ ਕਰਾਂਗੇ ਕਿ ਨਾ, ਇਹ ਗੁਰੂ ਦੇ ਨਾਂ 'ਤੇ ਜੋ ਠੱਗੀ ਖਾਨਾ ਇਹਨੇ ਚਲਾ ਰੱਖਿਆ ਔਰ ਗੁਰੂ ਰਾਮਦਾਸ ਦੇ ਨਾਮ ਨੂੰ ਕਰੋੜ ਕਰੋੜ ਅਸੀਂ ਨਮਨ ਕਰਦੇ ਹਾਂ, ਉਹਨਾਂ ਦੇ ਪੈਰਾਂ ਨੂੰ ਹੱਥ ਲਾ ਕੇ ਨਮਨ ਕਰਦੇ ਹਾਂ, ਲੇਕਿਨ ਜੋ ਇੱਥੋਂ ਦੇ ਡਾਕਟਰ ਇੰਚਾਰਜ ਜੋ ਇਹ ਸਰਕਲ ਚੋਰਾਂ ਨੇ ਬਣਾ ਰੱਖਿਆ ਇਹਦੀ ਅਸੀਂ ਆਪਣੇ ਹੋਰ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਹਾਂ। ਬਿਊਰੋ ਰਿਪੋਰਟ, ਦਾ ਟੀਵੀ NRI।